ਤਰੱਕੀ ਲਈ ਸਮਝ ਆਉਂਦੇ ਨੇ, ਜੈਨ 'ਚ ਆਉਂਦੇ ਨੇ? ਨਹੀਂ ਯਾਰ, ਰਾਜਾ ਬੜੰਗੀ ਜੀ, ਰਾਜਾ ਬੜੰਗੀ ਕਰਦੇ ਆ। ਇਸ ਵਕਤ ਮੌਜੂਦ ਆ ਸਲੇਮ ਟਾਵਰੀ ਇਲਾਕਾ ਹੈ, ਲੁਧਿਆਣਾ ਉੱਤਰੀ ਨੌਰਥ, ਚੌਧਰੀ ਮਦਨ ਲਾਲ ਬੱਗਾ ਖੁਰਾਣਾ ਇੱਥੋਂ ਮੌਕੇ ਦੇ ਮੌਜੂਦਾ ਵਿਧਾਇਕ ਨੇ ਆਪ ਪਾਰਟੀ ਦੇ, ਪਰ ਗੱਲਬਾਤ ਕਰਦੇ ਲੋਕਾਂ ਨਾਲ। ਬਾਈ ਜੀ, ਹਲਕੇ ਦਾ ਹਾਲ ਕੀ ਹੈ, ਕਿਵੇਂ ਲੱਗਦਾ, ਕੀ ਕਮੀਆਂ ਪੇਸ਼ੀਆਂ ਸੁਧਾਰ ਨਜ਼ਰ ਆਉਂਦੇ ਨੇ, ਅਤੇ ਲੁਧਿਆਣਾ ਲੋਕ ਸਭਾ ਸੀਟ ਹੈ ਹੁਣ 1 ਜੂਨ ਨੂੰ ਵੋਟਾਂ ਨੇ, ਕੀ ਲੱਗਦਾ ਕਿਹੜੀਆਂ 1-2 ਪਾਰਟੀਆਂ ਮੁਕਾਬਲੇ 'ਚ ਨੇ ਅਤੇ ਕਿਹੜੇ ਉਮੀਦਵਾਰ ਮੁਕਾਬਲੇ 'ਚ ਢਿੱਲ ਰੱਖਦੇ ਆ? ਦੇਖੋ ਭਾਅ ਜੀ, ਇਸ ਟਾਈਮ ਤਾਂ ਫਸਮਾਂ ਹੀ ਮੁਕਾਬਲਾ ਤਕਰੀਬਨ ਚੱਲਣ ਡਿਆ। ਠੀਕ ਹੈ, ਦੇਖੋ ਬਾਕੀ ਜਿਹੜੇ ਪਾਰਟੀ ਕਿਹਦੇ ਕਿਹਦੇ 'ਚ, ਇਹ 2 ਪਾਰਟੀਆਂ ਦਾ ਜ਼ਿਆਦਾ ਜ਼ੋਰ ਚੱਲਣ ਡਿਆ ਜੀ, ਇੱਥੇ ਕਿਹੜੀਆਂ ਜੀ? ਆਮ ਆਦਮੀ ਅਤੇ ਕਾਂਗਰਸ ਦਾ ਜੀ। ਠੀਕ ਹੈ, ਆਮ ਆਦਮੀ ਵੱਲੋਂ ਅਸ਼ੋਕ ਪਾਸ਼ਰ ਪੱਪੀ ਨੇ, ਹਾਂਜੀ, ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਕੀ ਲੱਗਦਾ ਵਧੀਆ ਬੰਦਾ ਜੀ? ਠੀਕ ਹੈ, ਕਿਵੇਂ ਲੱਗਦਾ ਵੀ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਕਿ ਲੁਧਿਆਣੇ ਵਾਸਤੇ ਵੀ ਵਧੀਆ MP ਸਾਬਤ ਹੋ ਸਕਦੇ ਆ? ਪ੍ਰਧਾਨ ਨਾਤੇ ਵੀ, ਪ੍ਰਧਾਨ ਨਾਤੇ ਵੀ, ਹਾਂਜੀ, ਠੀਕ ਹੈ ਠੀਕ ਹੈ। ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਹੀ ਲੱਗ ਰਿਹਾ ਜਿਹੜਾ ਕੁਛ ਹੈ, ਨਾ ਕੰਮ ਕੁੰਮ ਵੀ ਸਹੀ ਕਰਾਇਆ। ਠੀਕ ਹੈ, ਹਾਂਜੀ, ਬਾਕੀ ਦੇਖੋ ਕੀ ਬਣਦਾ ਪਾਰਲੀਮੈਂਟ ਦੇ। ਦੇਖੋ ਜੀ, ਮੇਨ ਤਾਂ ਮੈਨੂੰ ਤਾਂ ਜਿਸ ਤੱਕ ਮੇਰਾ ਖਿਆਲ ਆਪਣਾ ਕਾਂਗਰਸ ਦਾ ਵੀ ਜ਼ਿਆਦਾ, ਹਾਂ ਹੋ ਸਕਦਾ, ਹਾਂਜੀ ਹਾਂਜੀ ਹਾਂਜੀ। ਕਿਹੜੀ 1-2 ਵੱਡੀਆਂ ਪਾਰਟੀਆਂ ਲੱਗ ਰਹੀਆਂ ਜੋ ਕੰਪੀਟੀਸ਼ਨ ਸਮਝ ਆ ਰਹੀਆਂ ਨੇ ਇਸ ਟਾਈਮ? ਭਾਈ, ਕੰਪੀਟੀਸ਼ਨ ਤਾਂ ਚਲੋ ਸਾਰਿਆਂ ਦੇ ਵਿੱਚ ਹੀ ਹੈ, ਵੈਸੇ ਤਾਂ ਰਾਜਾ ਵੜਿੰਗ ਜੀ ਵੀ ਬਹੁਤ ਫਾਈਟ ਦੇ ਵਿੱਚ ਨੇ, ਉਹਨਾਂ ਨੂੰ ਸਿਮਰਨਜੀਤ ਸਿੰਘ ਬੈਂਸ ਜੀ ਦਾ ਸਮਰਥਨ ਮਿਲਣ ਨਾਲ ਬਹੁਤ ਪਲੱਸ ਪੁਆਇੰਟ ਮਿਲਿਆ ਉਹਨਾਂ ਨੂੰ। ਬੈਂਸ ਭਰਾਵਾਂ ਨੇ ਪਰਸੋਂ ਸਾਥ ਦਿੱਤਾ ਉਹਨਾਂ ਦਾ, ਉਹਨੇ ਹੱਕ 'ਚ ਨਾਰਾ ਦਿੱਤਾ ਵੀ ਸਾਡਾ ਨਾਲ ਆ, ਲੱਗਦੇ ਤਾਂ ਉਹਨੂੰ ਫਾਇਦਾ ਹੋਊਗਾ, ਪਲੱਸ ਪੁਆਇੰਟ ਮਿਲੂਗਾ ਉਹਨਾਂ ਨੂੰ? ਉਹ ਤਾਂ ਬਿਲਕੁਲ ਮਿਲੇਗਾ ਜੀ, 2,70,000 ਵੋਟ ਲਾਸਟ ਟਾਈਮ ਉਹ ਆਜ਼ਾਦ ਖੜ ਕੇ ਲੈ ਗਏ ਸੀਗੇ। ਚਲੋ ਆਪਾਂ ਕਹਿੰਦੇ ਹਾਂ 1,00,000 ਵੋਟ ਟੁੱਟਦੀ ਵੀ ਆ ਉਹਨਾਂ ਦੀ, 2,50,000 ਵੋਟ ਤਾਂ ਨਾਲ ਆਪਣੇ ਪਲੱਸ ਕਰਨਗੇ ਕਾਂਗਰਸ ਨੂੰ। ਕਾਂਗਰਸ ਸ਼ੁਰੂ ਸੇ ਰਾਜ ਕਰਤੇ ਆ ਰਹੀ ਆਪਣੇ, ਜੋ ਜਿਸ ਹਿਸਾਬ ਸੇ ਚੱਲ ਰਹੀ ਹੈ ਉਸ ਹਿਸਾਬ ਸੇ ਸਾਰੇ ਕੁਝ ਤਾਂ ਕਾਂਗਰਸ ਹੀ ਬਣਾਈ ਹੈ, ਵੇਚ ਵੀ ਤਾਂ ਬਾਅਦ ਵਿੱਚ ਆਈ ਹੈ, ਤੋ ਸਾਰੇ ਨੇ ਸਿਸਟਮ ਤੋਂ ਕਾਂਗਰਸ ਹੀ ਲਾਈ ਹੈ। ਠੀਕ ਹੈ, ਚਲਿਆ ਕਾਂਗਰਸ ਦੀ ਤਾਰੀਫ ਕਰ ਰਹੇ ਹਾਂ, ਕਾਂਗਰਸ ਦੀ ਤਰਫ ਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜ ਰਹੇ ਹਾਂ ਹੱਥ ਪੰਜੇ ਪਰ, ਕਿਆ ਲੱਗਦਾ ਹੈ ਵੀ ਕੁਝ ਅੱਛਾ ਕਰ ਪਾਏਗੇ ਸ਼ਹਿਰ ਕੇ ਲਈ? ਆਏਗੇ ਤਾਂ ਅੱਛਾ ਹੀ ਕਰੇਗੇ ਜੀ। ਬਿੱਟੂ ਜੀ ਅਤੇ ਵੜਿੰਗ ਜੀ ਆਉਂਦੇ ਪਏ ਨਜ਼ਰ 'ਚ। ਠੀਕ ਹੈ ਜੀ, ਅਤੇ ਸਾਨੂੰ ਉਮੀਦ ਹੈ ਨੌਰਥ ਦੇ ਵਿੱਚੋਂ ਲਾਓ ਜਾਂ ਲੁਧਿਆਣੇ ਦੇ ਵਿੱਚੋਂ ਕਿ ਬਿੱਟੂ ਜੀ ਸੀਟ ਕੱਢ ਜਾਣਗੇ। ਠੀਕ ਹੈ ਜੀ, ਬਿੱਟੂ ਨੇ ਕੁਛ ਵੀ ਨਹੀਂ ਕੀਤਾ ਕਿ ਅੱਗੋਂ ਵੀ ਇਹਨੂੰ ਵੋਟ ਪਾਉਣ ਦਾ ਕੋਈ ਬੈਨੀਫਿਟ ਨਹੀਂ, ਕੋਈ ਅਧਿਕਾਰ ਨਹੀਂ। ਇਸ ਟਾਈਮ ਇੱਕੋ ਕੈਂਡੀਡੇਟ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵਧੀਆ ਬੰਦਾ, ਸਮੁੱਚੀ ਟੀਮ ਪਾਰਟੀ ਅਕਾਲੀ ਦਲ ਦੀ, ਉਹ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਆ। ਅਕਾਲੀ ਦਲ ਦਾ ਕੋਈ ਨਾਮੋ ਨਿਸ਼ਾਨ ਨਹੀਂ ਪਤਾ ਚੱਲ ਰਿਹਾ ਜੀ। ਅੰਕਲ ਜੀ, ਕੀ ਲੱਗਦਾ ਲੋਕ ਸਭਾ ਸੀਟ ਲੁਧਿਆਣੇ ਹਲਕੇ ਦੀ ਗੱਲ ਕਰ ਰਹੇ ਹਾਂ, ਕਿਹੜੀਆਂ 1-2 ਪਾਰਟੀਆਂ, ਕਿਹੜੇ ਉਮੀਦਵਾਰ ਸਮਝ ਆਉਂਦੇ ਆ, ਦਿਲ ਦਿਮਾਗ ਨੂੰ ਛੂੰਦੇ ਆ, ਜੇ ਤੁਸੀਂ ਵੋਟ ਪਾ ਸਕਦੇ? ਪੱਪੀ ਸ਼ਾਹਪੁਰੀਆ ਜੀ। ਠੀਕ ਹੈ, ਹੋਰ ਕੋਈ 1-2 ਪਾਰਟੀਆਂ? ਹੋਰ ਰਾਜਾ ਵੜਿੰਗ ਵੀ ਆ। ਰਾਜਾ ਵੜਿੰਗ, ਪੱਪੀ ਸ਼ਾਹਪੁਰੀ ਲੁਧਿਆਣੇ ਸੈਂਟਰਲ ਦੇ MLA ਨੇ, ਰਾਜਾ ਵੜਿੰਗ ਦਾ ਨਾਮ ਬੜੀ ਵਾਰ ਲੋਕ ਲੈਂਦੇ ਨੇ ਅੰਮ੍ਰਿਤ ਰਾਜਾ ਵੜਿੰਗ, ਕੀ ਕਾਰਨ ਹੈ, ਕੋਈ ਡਾਇਨਾਮਿਕ ਪਰਸਨੈਲਿਟੀ ਉਹਨਾਂ ਦੀ, ਜਾਂ ਕੀ ਕਾਰਨ ਹੈ, ਜਾਂ ਕਿਵੇਂ ਆਪਣੇ ਪੰਜਾਬ ਪ੍ਰਧਾਨ ਨੇ ਤਾਂ ਕਰਕੇ ਕਿ ਉਹਨਾਂ ਦਾ ਕਿਵੇਂ ਆ, ਹੁਣ ਉਤਬਾ ਕਿਵੇਂ ਆ ਰਾਜਾ ਵੜਿੰਗ ਦਾ? ਵਧੀਆ ਬੰਦਾ ਜੀ। ਠੀਕ ਹੈ, ਹਾਂਜੀ, ਕਿਵੇਂ ਲੱਗਦਾ ਵੀ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਕਿ ਲੁਧਿਆਣੇ ਵਾਸਤੇ ਵੀ ਵਧੀਆ MP ਸਾਬਤ ਹੋ ਸਕਦੇ ਆ? ਪ੍ਰਧਾਨ ਨਾਤੇ ਵੀ, ਪ੍ਰਧਾਨ ਨਾਤੇ ਵੀ, ਹਾਂਜੀ, ਠੀਕ ਹੈ ਠੀਕ ਹੈ। ਸੋ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਬਹੁਤ ਲੋਕ ਲੈਂਦੇ ਨੇ, ਭਾਵੇਂ ਲੁਧਿਆਣੇ ਤੋਂ ਨਹੀਂ ਹੈ, ਲੇਕਿਨ ਫਿਰ ਵੀ ਕਹਿੰਦੇ ਆ ਵੀ ਆਪਣਾ ਸੂਬਾ, ਦੇਸ਼ ਸਭ ਦਾ ਸਾਂਝਾ ਹੁੰਦਾ,
ਹਾਂਜੀ ਅੰਕਲ ਜੀ, ਕੀ ਲੱਗਦਾ ਕਿਹੜੇ ਇੱਕ ਦੋ ਪਾਰਟੀਆਂ, ਕਿਹੜੇ ਉਮੀਦਵਾਰ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰੀਏ, ਹਲਕੇ ਦੀ ਗੱਲ ਕਰੀਏ, ਤਰੱਕੀ ਲਈ ਸਮਝ ਆਉਂਦੇ ਨੇ, ਜੈਨ 'ਚ ਆਉਂਦੇ ਨੇ? ਨਹੀਂ ਯਾਰ, ਰਾਜਾ ਵੜਿੰਗੀ ਜੀ, ਰਾਜਾ ਵੜਿੰਗੀ ਜੀ, ਇੱਧਰ ਦੇਖ ਰਾਜਾ ਵੜਿੰਗੀ, ਹਾਂਜੀ ਹਾਂਜੀ ਹਾਂਜੀ, ਕਾਂਗਰਸ ਦੇ, ਕਾਂਗਰਸ ਦੇ ਜੀ, ਰਾਜਾ ਵੜਿੰਗੀ ਜੀ। ਕੀ ਅਪਰ ਹੈਂਡ ਲੱਗਦਾ ਉਹਨਾਂ ਦਾ, ਕੀ ਉਹਨਾਂ ਦੀ ਪਰਸਨੈਲਿਟੀ ਲੱਗਦੀ ਹੈ, ਕੀ ਗੱਲਬਾਤ ਲੱਗਦੀ? ਨਹੀਂ, ਉਹਨਾਂ ਨੇ ਗਿੱਦੜਬਾਹੇ ਦੇ ਏਰੀਏ 'ਚ ਕੰਮ ਬੜੇ ਕਰਾਏ ਜੀ। ਉਮੀਦ ਜਤਾਈ ਜਾ ਰਹੀ ਹੈ ਕਿ ਜੇ ਰਾਜਾ ਵੜਿੰਗ ਪਹੁੰਚਦੇ ਆ ਬਾਈ ਜੀ ਲੁਧਿਆਣਾ ਲੋਕ ਸਭਾ ਹਲਕਾ, ਥੋੜਾ ਜਿਹਾ ਕੁਝ ਹਲਕਾ ਹੈ ਬੋਲੋ, ਕਿਵੇਂ ਲੱਗਦਾ ਵੀ ਕਿਹੜੀਆਂ ਪਾਰਟੀਆਂ ਇੱਕ ਦੋ ਕਿਹੜੇ ਉਮੀਦਵਾਰ ਸਮਝ ਆਉਂਦੇ ਆ? ਨਹੀਂ, ਸਮਝ ਤੇ ਇਹੀ ਆਉਂਦੀ ਕਾਂਗਰਸ ਦੀ ਹੈ, ਫਾਈਟ ਹੈ ਜਾਂ ਅਕਾਲੀ ਦਲ ਦੀ ਹੈ? ਕਾਂਗਰਸ ਤੇ ਅਕਾਲੀ ਦਲ, ਠੀਕ ਹੈ। ਅਕਾਲੀ ਦਲ ਵੱਲੋਂ ਰਜੀਤ ਸਿੰਘ ਢਿੱਲੋਂ ਤੇ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਧਾਨ, ਹਾਂਜੀ, ਇਹਨਾਂ ਦਾ ਕੀ ਅਪਰ ਹੈਂਡ ਲੱਗਦਾ, ਕੀ ਗੱਲਬਾਤ ਲੱਗਦੀ ਰਾਜਾ ਵੜਿੰਗ ਦੀ? ਨਹੀਂ, ਰਾਜਾ ਵੜਿੰਗ ਵਧੀਆ ਬੰਦਾ ਜੀ, ਕਰਾਊਗਾ ਕੰਮ ਕਰਾਊਗਾ। ਕਿਉਂ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਜਾਂ MLA ਗਿੱਦੜਬਾਹੇ ਤੋਂ ਉਹਦੇ ਹੋਣ ਦੇ ਨਾਤੇ ਸਾਬਕਾ ਮੰਤਰੀ ਵੀ ਰਹੇ? ਹਾਂਜੀ ਬਿਲਕੁਲ ਠੀਕ ਹੈ ਜੀ, MLA ਵੀ ਰਹੇ ਨੇ ਉੱਥੇ ਜੀ, ਕਰਾਉਣਗੇ, ਵਧੀਆ ਬੰਦੇ ਨੇ, ਇਹੋ ਜਿਹੀ ਗੱਲ ਨਹੀਂ। ਸੋ ਹੁਣ ਗੱਲਬਾਤ ਕਰਦੇ ਹਾਂ, ਇਸ ਵਕਤ ਮੌਜੂਦ ਹਾਂ ਸਲੇਮ ਟਾਵਰੀ ਇਲਾਕਾ ਹੈ ਲੁਧਿਆਣਾ ਉੱਤਰੀ ਨੌਰਥ, ਚੌਧਰੀ ਮਦਲਾ ਬੱਗਾ ਖੁਰਾਣਾ, ਇੱਥੋਂ ਮੌਕੇ ਦੇ ਮੌਜੂਦਾ ਵਿਧਾਇਕ ਨੇ ਆਪ ਪਾਰਟੀ ਦੇ, ਪਰ ਗੱਲਬਾਤ ਕਰਦੇ ਲੋਕਾਂ ਨਾਲ। ਬਾਈ ਜੀ, ਹਲਕੇ ਦਾ ਹਾਲ ਕੀ ਹੈ, ਕਿਵੇਂ ਲੱਗਦਾ, ਕੀ ਕਮੀਆਂ ਪੇਸ਼ੀਆਂ ਸੁਧਾਰ ਨਜ਼ਰ ਆਉਂਦੇ ਨੇ, ਅਤੇ ਲੁਧਿਆਣਾ ਲੋਕ ਸਭਾ ਸੀਟ ਹੈ ਹੁਣ 1 ਜੂਨ ਨੂੰ ਵੋਟਾਂ ਨੇ, ਕੀ ਲੱਗਦਾ ਕਿਹੜੀਆਂ ਇੱਕ ਦੋ ਪਾਰਟੀਆਂ ਮੁਕਾਬਲੇ 'ਚ ਨੇ ਅਤੇ ਕਿਹੜੇ ਉਮੀਦਵਾਰ ਮੁਕਾਬਲੇ 'ਚ ਢਿੱਲ ਰੱਖਦੇ ਆ? ਦੇਖੋ ਭਾਅ ਜੀ, ਇਸ ਟਾਈਮ ਤਾਂ ਫਸਮਾਂ ਹੀ ਮੁਕਾਬਲਾ ਤਕਰੀਬਨ ਚੱਲਣ ਡਿਆ, ਠੀਕ ਹੈ। ਦੇਖੋ ਬਾਕੀ ਜਿਹੜੇ ਪਾਰਟੀ ਇਹ ਦੋ ਪਾਰਟੀਆਂ ਦਾ ਜ਼ਿਆਦਾ ਜ਼ੋਰ ਚੱਲਣ ਡਿਆ, ਜੈਸੇ ਕਿਹੜੀਆਂ ਜੀ? ਆਮ ਆਦਮੀ ਦੇ ਕਾਂਗਰਸ ਦਾ ਜੀ, ਠੀਕ ਹੈ। ਦੋ ਪਾਰਟੀਆਂ ਦਾ ਫਸਮਾਂ ਚੱਲਣ ਡਿਆ ਜੀ ਜ਼ੋਰ, ਠੀਕ ਹੈ। ਦੇਖੋ ਹੁਣ ਦੋ ਪਾਰਟੀਆਂ ਦੇ ਵਿੱਚ ਇੱਕ ਦਾ ਸੀਟ ਕੱਢੂਗਾ ਦੋਨਾਂ ਚੋਂ, ਠੀਕ ਹੈ ਜੀ। ਹਾਂ, ਦੋਨੋਂ ਪਾਰਟੀਆਂ ਵਾਲੇ ਦੋ ਉਮੀਦਵਾਰ ਨੇ, ਦੋ ਪਾਰਟੀਆਂ ਨੇ, ਕਿਹਦੀ ਕੀ ਖਾਸੀਅਤ ਲੱਗਦੀ ਹੈ, ਕੀ ਗੱਲ ਜੱਚਦੀ ਹੈ? ਦੇਖੋ ਜਿਹੜਾ ਆਮ ਆਦਮੀ ਹੈ, ਜਿਹੜੇ ਕੰਮ ਕਰੀ ਜਾਂਦੇ ਨੇ ਵਿਚਾਰੇ, ਆ ਪਾਰਕਾਂ ਦੇ ਸੁਧਾਰ ਕਰ ਦਿੱਤੇ, ਦੂਜੇ ਬਿਜਲੀ ਦੇ ਬਿੱਲ ਮਾਫ਼ ਕਰ ਦਿੱਤੇ, ਇੱਦਾਂ ਦੀ ਚੀਜ਼ਾਂ ਚਾਹੀਦੀਆਂ ਪਬਲਿਕ ਨੂੰ, ਠੀਕ ਹੈ ਜੀ। ਹੋਰ ਕਿਸੇ ਪਾਰਟੀ ਨੇ ਅੱਜ ਤੱਕ ਇੱਦਾਂ ਦਾ ਕੰਮ ਕੀਤਾ ਹੀ ਨਹੀਂ, ਬਿਲਕੁਲ ਠੀਕ ਹੈ। ਤੇ ਕਾਂਗਰਸ ਦੀ ਗੱਲ ਕਰੀਏ, ਰਾਜਾ ਵੜਿੰਗ ਦੀ ਗੱਲ ਕਰੀਏ, ਉਹਨਾਂ ਦੇ ਕੀ ਪਲੱਸ ਪੁਆਇੰਟ ਨੇ? ਉਹ ਦੇਖੋ ਜੀ, ਉਹ ਵੀ ਦਾਅਵੇ ਹੁਣ ਕਰਦੇ ਪਏ ਆ, ਦੇਖੋ ਹੁਣ ਜਦੋਂ ਆਉਣਗੇ ਪਤਾ ਲੱਗੂ ਉਹਨਾਂ ਦਾ ਕੀ ਕਰਦੇ ਆ। ਹਾਂਜੀ, ਪੰਜਾਬ ਪ੍ਰਧਾਨ ਤਾਂ ਹੈਗਾ ਹੀ ਹੈ ਜੀ, ਅਤੇ ਦੇਖੋ ਹੁਣ ਬਾਕੀ ਪਾਰਟੀ ਆਈ ਦੀ ਪਤਾ ਲੱਗੂਗਾ ਕੀ ਕਰਨਗੇ। ਠੀਕ ਹੈ, ਵੈਸੇ ਲੱਗਦਾ ਕੀ ਹੈ ਕਿ ਤੁਹਾਡੇ ਜਿਹੜਾ ਹਲਕਾ ਹੈ ਲੋਕ ਸਭਾ ਹਲਕਾ ਲੁਧਿਆਣਾ, ਇਹਦਾ ਮਾਹੌਲ ਕਿਹੜੀ ਪਾਰਟੀ ਹੈ, ਕਿਹੜਾ ਉਮੀਦਵਾਰ ਵਧੀਆ ਬਣਾ ਸਕਦਾ, ਲੋਕ ਸਭਾ ਜਾ ਕੇ ਲੁਧਿਆਣੇ ਦੇ ਕਿਹੜੇ ਮੁੱਦਿਆਂ ਦੀ ਆਵਾਜ਼ ਚੱਕ ਸਕਦਾ? ਆਮ ਆਦਮੀ ਨੇ ਜਿਹੜਾ ਪਹਿਲਾਂ ਬਿੱਲ ਮਾਫ਼ ਕੀਤਾ ਨਾ, ਇਹ ਤੋਂ ਬੜੀ ਖੁਸ਼ੀ ਹੈ ਪੂਰੇ ਪੰਜਾਬ ਨੂੰ, ਠੀਕ ਹੈ। ਬਾਕੀ ਤਾਂ ਗੱਲਾਂ ਹੀ ਛੱਡ ਦਿਓ ਤੁਸੀਂ, ਠੀਕ ਹੈ ਠੀਕ ਹੈ। ਹਰੇਕ ਬੰਦੇ ਨੂੰ 5000 ਰੁਪਇਆ ਮਹੀਨਾ ਬਚਣ ਡਿਆ, ਥੋੜ੍ਹਾ ਨਹੀਂ ਗਾ 5000 ਰੁਪਇਆ, ਬਹੁਤ ਆ ਉਹਦੇ ਗਰੀਬ ਬੰਦੇ ਲਈ ਤਾਂ, ਉਹਦਾ ਕੰਮ ਚੱਲੀ ਜਾਂਦਾ, ਠੀਕ ਹੈ ਜੀ। ਜੇ ਉੱਥੇ ਸੈਂਟਰ 'ਚ ਜਾਣਗੇ ਉੱਥੋਂ ਵੀ ਕੁਛ ਲਿਆਉਣਗੇ ਹੀ ਸਾਡੇ ਤੋਂ, ਠੀਕ ਹੈ ਜੀ, ਠੀਕ ਹੈ। ਚਲੋ ਕੰਮ ਕੱਢਣਗੇ ਜੋ ਵੀ ਕਰਨਗੇ। ਸੈਂਟਰ 'ਚ ਵੱਡੀ ਪਾਰਟੀ ਹੁੰਦੀ ਨੇ BJP ਜਾਂ ਕਾਂਗਰਸ, ਇਹ ਵੱਡੀਆਂ ਪਾਰਟੀਆਂ ਨੇ ਜਿਹਨਾਂ ਦਾ ਫਿਲਹਾਲ ਦਬਦਬਾ ਹੈਗਾ, ਕਿਹੜੀ ਪਾਰਟੀ ਦੇਸ਼ ਨੂੰ ਕਿਵੇਂ ਠੀਕ ਚੱਲ ਰਹੀ ਹੈ? ਗੱਲ ਨਾ ਕੀ ਹੈ ਭਾਅ ਜੀ, ਦੇਖੋ ਇਹ ਜਿਹੜੀ BJP ਆ, ਹੁਣ ਦਾਅਵੇ ਹੁਣ ਸਾਰੇ ਹੀ ਕਰਦੇ ਪਏ ਆਪੋ ਆਪਣੇ, ਮੈਂ ਉਹ ਕਰ ਦੂੰ ਉਹ ਕਰ ਦੂੰ, ਕਿਸੇ ਨੇ ਅੱਜ ਤੱਕ ਜਿਹੜਾ ਆਮ ਆਦਮੀ ਨੇ ਕੰਮ ਕਰਕੇ ਦਿੱਤਾ ਕਿਸੇ ਨੇ ਕੀਤਾ ਨਹੀਂ ਅਜੇ ਤੱਕ। ਪਾਰਟੀ ਜਿਹੜੀ ਮੌਜੂਦ ਆ ਆਪਾਂ ਤਾਂ ਉਹਨੂੰ ਲਾਈਕ ਕਰਦੇ ਹਾਂ ਇਸ ਟਾਈਮ, ਠੀਕ ਹੈ ਜੀ। ਜਿਹੜਾ ਹੁਣ ਦੂਜੀ ਆ ਪਾਰਟੀ ਕੋਈ ਆਜੂਗੀ ਫਿਰ ਉਹ ਦੇਖੀ ਜਾਊਗੀ, ਉਹਦੇ ਬਾਰੇ ਸੋਚਾਂਗੇ ਬਾਅਦ ਦੀ ਗੱਲ ਆ।
ਸੋ ਗੱਲਬਾਤ ਕਰਦੇ ਹਾਂ ਬਾਈ ਜੀ, ਕੀ ਲੱਗਦਾ ਹੈ ਲੋਕ ਸਭਾ ਹਲਕਾ ਲੁਧਿਆਣਾ ਤੁਹਾਡਾ, ਕਿਹੜੀਆਂ ਇੱਕ ਦੋ ਪਾਰਟੀਆਂ ਜਾਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਜੋ ਲੁਧਿਆਣਾ ਲੋਕ ਸਭਾ ਹਲਕੇ ਦੀ ਆਵਾਜ਼ ਬਣ ਸਕਦੇ, ਕੀ ਲੱਗਦਾ? ਇੱਥੇ ਤੋਂ ਜੀ ਜਿਹੜਾ ਹੈ ਆਪਣਾ ਆਮ ਆਦਮੀ ਪਾਰਟੀ ਦਾ ਹੀ ਲੱਗ ਰਿਹਾ ਜਿਹੜਾ ਕੁਛ ਹੈ, ਨਾ ਨਾ ਕੰਮ ਕੁੰਮ ਵੀ ਸਹੀ ਕਰਾਇਆ। ਠੀਕ ਹੈ, ਹਾਂਜੀ, ਬਾਕੀ ਦੇਖੋ ਕੀ ਬਣਦਾ। ਹਾਂ, ਕਾਂਗਰਸ ਵਗੈਰਾ ਦਾ ਦੇਖੋ ਕੀ ਬਣਦਾ, ਹੈ ਤਾਂ ਹੈ ਨਹੀਂ ਵੈਸੇ ਐਤਕੀ ਕੁਛ ਹਿਸਾਬ ਕਿਤਾਬ ਉਹਨਾਂ ਦਾ। ਠੀਕ ਹੈ, ਹਾਂਜੀ। ਜ਼ਿਆਦਾ ਜ਼ੋਰ ਕਿਸ ਦਾ ਲੱਗ ਰਿਹਾ, ਕਿਆ ਲੱਗ ਰਿਹਾ ਵੀ ਲੁਧਿਆਣਾ ਆਪਕੇ ਲੋਕ ਸਭਾ ਕੇ ਲੀਏ, ਲੁਧਿਆਣਾ ਕੇ ਲੀਏ ਕੌਨ ਸੀ ਪਾਰਟੀਆਂ ਬੜੀਆ ਕੰਮ ਕਰ ਸਕਤੀ ਹੈ? ਬੜੀਆ ਤਾਂ ਦੇਖੋ ਜੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ, ਯਹੀ ਕਰੇਗੀ। ਬਾਕੀ ਦੇਖੋ ਕਿਆ ਹੁੰਦਾ ਹੈ, ਬਿੱਟੂ ਇਸ ਵਾਰੀ ਜੋ ਹੈ ਬੀਜੇਪੀ ਮਾ ਗਿਆ ਹੈ। ਹਾਂਜੀ, ਦੇਖੋ ਬਾਕੀ ਸਭ ਕੇ ਸਾਥ ਹੈ ਜੀ। ਜੀ ਬਾਈ ਜੀ, ਕੀ ਲੱਗਦਾ ਹੈ ਲੋਕ ਸਭਾ ਹਲਕਾ ਲੁਧਿਆਣਾ, ਕੀ ਹਲਕੇ ਦਾ ਹਾਲ ਹੈ ਅਤੇ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ, ਕਿਹੜੀਆਂ ਇੱਕ ਦੋ ਪਾਰਟੀਆਂ ਜਾਂ ਉਹਨਾਂ ਦੇ ਉਮੀਦਵਾਰ ਸਮਝ ਆਉਂਦੇ ਨੇ ਤੁਹਾਡੇ ਲੁਧਿਆਣੇ ਦਾ ਵਿਕਾਸ ਕਰ ਸਕਦੇ ਆ? ਦੇਖੋ ਸਾਡੇ ਏਰੀਏ ਤਾਂ ਬੱਗਾ ਸਾਹਿਬ ਉਹਨਾਂ ਨੇ ਕਾਫੀ, ਹਾਂਜੀ ਹਾਂਜੀ ਐਮ ਪੀ, ਹਾਂਜੀ ਪਾਰਲੀਮੈਂਟ ਦੇ ਦੇਖੋ ਜੀ, ਮੇਨ ਤਾਂ ਮੈਨੂੰ ਤਾਂ ਜਿਸ ਤੱਕ ਮੇਰਾ ਖਿਆਲ ਆਪਣਾ ਕਾਂਗਰਸ ਦਾ ਵੀ ਜ਼ਿਆਦਾ, ਹਾਂ ਹੋ ਸਕਦਾ, ਹਾਂਜੀ ਹਾਂਜੀ ਹਾਂਜੀ। ਕਾਂਗਰਸ ਦਾ ਭਾਜੀ ਦੇਖੋ ਕੰਮ ਤਾਂ ਕਾਫੀ ਹੋਏ ਹੈ ਕਾਂਗਰਸ ਦੇ ਰਾਜ 'ਚ ਵੀ, ਬਾਕੀ ਅੱਗੇ ਪਾਰਟੀ 'ਤੇ ਵੀ ਡਿਪੈਂਡ ਕਰਦਾ ਹੈ। ਠੀਕ ਹੈ ਨਾ ਜੀ, ਕਿਵੇਂ ਲੱਗਦਾ ਵੀ ਰਾਜਾ ਵੜਿੰਗ ਵਧੀਆ ਇੱਕ ਮੈਂਬਰ ਪਾਰਲੀਮੈਂਟ ਸਾਹਿਬ? ਹਾਂਜੀ ਹਾਂਜੀ, ਉਹ ਤਾਂ ਹੈ ਹੀ ਹੈ ਜੀ। ਕਿਵੇਂ ਲੱਗਦਾ ਕਿਸ ਬੇਸ 'ਤੇ, ਕਿਵੇਂ ਮਤਲਬ ਵੀ ਐਮ ਐਲ ਏ ਨੇ ਜਾਂ ਪੰਜਾਬ ਪ੍ਰਧਾਨ ਨੇ ਤਾਂ ਕਰਕੇ ਕਾਂਗਰਸ ਪੰਜਾਬ ਪ੍ਰਧਾਨ ਨੇ ਜਾਂ ਐਮ ਐਲ ਏ ਵੀ ਹੈਗੇ ਨੇ ਕਿਧਰ ਬਾਏ ਤੋਂ? ਹਾਂਜੀ ਹਾਂਜੀ ਹਾਂਜੀ। ਹੋਰ ਕੀ ਲੱਗਦਾ ਵੀ ਹੋਰ ਇੱਕ ਦੋ ਪਾਰਟੀ ਕਿਹੜੀਆਂ ਜਾਂ ਲੁਧਿਆਣੇ ਦੇ ਕਿਹੜੇ ਅਜਿਹੇ ਮੁੱਦੇ ਨੇ ਜਿਹੜੇ ਚੱਕਣੇ ਚਾਹੀਦੇ ਨੇ ਪਾਰਲੀਮੈਂਟ ਜਾ ਕੇ? ਪਾਰਲੀਮੈਂਟ ਦਾ ਸਾਨੂੰ ਭਗਵੰਤ ਮਾਨ ਜਿਸਦਾ ਵੀ ਆ ਕਾਫੀ ਜ਼ਿਆਦਾ, ਸਾਡੇ ਤਾਂ ਸਾਨੂੰ ਇਹ ਜਿਹੜਾ ਸਲੇਨ ਟਾਪਰੀ ਦਾ ਏਰੀਆ ਹੈ, ਠੀਕ ਹੈ, ਸਾਨੂੰ ਤਾਂ ਬੱਗਾ ਸਾਹਿਬ ਬਾਰੇ ਜ਼ਿਆਦਾ ਪਤਾ ਜੀ, ਸਾਡੇ ਬੱਗਾ ਸਾਹਿਬ ਇੱਥੇ ਦੇ ਐਮ ਐਲ ਏ ਆ। ਠੀਕ ਹੈ ਨਾ, ਬਾਕੀ ਜਿੱਦਾਂ ਵੀ ਹੈ ਉਹਨਾਂ ਨੇ ਜੋ ਵੀ ਹੈ, ਠੀਕ ਹੈ, ਪਿੱਛੇ ਜਿੱਦਾਂ ਵੀ ਹੈ, ਮੇਨ ਤਾਂ ਬਾਕੀ ਬੱਗਾ ਸਾਹਿਬ ਹੀ ਹੈ ਸਾਡੇ ਇੱਥੇ। ਠੀਕ ਹੈ, ਪਾਰਟੀਆਂ ਨਾਲ ਕਾਫੀ ਉਹਨਾਂ ਦਾ ਵੀ ਮੇਲ ਜੋਲ ਹੈ। ਸੋ ਗੱਲਬਾਤ ਬਾਈ ਜੀ, ਕੀ ਲੱਗਦਾ ਲੁਧਿਆਣਾ ਲੋਕ ਸਭਾ ਹਲਕਾ ਸੀਟ, ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਜੋ ਲੁਧਿਆਣੇ ਦੀ ਆਵਾਜ਼ ਪਾਰਲੀਮੈਂਟ 'ਚ ਬਣ ਸਕਦੀ ਹੈ? ਭਾਅ ਜੀ, ਅਸੀਂ ਤਾਂ ਇਹੀ ਚਾਹੁੰਦੇ ਹਾਂ ਕੋਈ ਵੀ ਜਿੱਤੇ ਸਭ ਤੋਂ ਪਹਿਲਾਂ ਤਾਂ ਇੱਕ ਲੁਧਿਆਣੇ ਨੂੰ ਪੀ ਜੀ ਆਈ ਵਰਗੇ ਹੋਸਪਿਟਲ ਦੀ ਲੋੜ ਆ, ਜਿਹੜੀ ਪਹਿਲੀ ਮੰਗ ਆ ਲੁਧਿਆਣੇ ਦੀ ਉਹ ਪੂਰੀ ਹੋਣੀ ਚਾਹੀਦੀ ਹੈ। ਬਾਕੀ ਅਸੀਂ ਤਾਂ ਇਹੀ ਕਹਿੰਦੇ ਹਾਂ ਕੋਈ ਵੀ ਆਵੇ ਬਸ ਕੰਮ ਕਰੇ, ਰਮਨੀਤ ਸਿੰਘ ਬਿੱਟੂ ਵਾਂਗ 10 ਸਾਲ ਖਰਾਬ ਕਰਕੇ ਇੱਥੋਂ ਤੁਰਦਾ ਨਾ ਬਣੇ, ਫਿਰ ਦਿੱਲੀ ਵੱਲ ਨੂੰ ਤੁਰਦੇ ਬਣਨ, ਇਹ ਕਦੇ ਨਜ਼ਰ ਨਾ ਆਉਣ 10 ਸਾਲ ਬਾਅਦ। ਹੁਣ ਇਹ ਟਾਈਮ ਦੇ ਵਿੱਚ ਤਾਂ ਆ ਕੇ ਰਵਨੀਤ ਸਿੰਘ ਬਿੱਟੂ ਸਭ ਦੇ ਪੈਰੀ ਹੱਥ ਵੀ ਲਾ ਰਿਹਾ, ਮਿਲ ਵੀ ਰਿਹਾ ਪੂਰੇ 10 ਸਾਲ ਦੇ ਵਿੱਚ। ਕੋਈ ਮੈਨੂੰ ਇੱਕ ਬੰਦਾ ਸਿੰਗਲ ਦੱਸ ਦੇਵੇ ਜਾਂ ਇੱਕ ਜਾਂ ਦੋ ਵਾਰੀ ਉਹਨੂੰ ਦੇਖਿਆ ਹੋਵੇ ਪਹਿਲਾਂ, ਕਦੀ ਕੋਈ ਐਸਾ ਬੰਦਾ ਨਜ਼ਰ ਨਹੀਂ ਆਇਆ। ਅਸੀਂ ਤਾਂ ਕਹਿੰਦੇ ਜਿਹੜਾ ਵੀ ਕੈਂਡੀਡੇਟ ਜਿੱਤੇ ਕੰਮ ਕਰੇ ਲੁਧਿਆਣੇ ਦੇ ਵਿੱਚ, ਸਭ ਤੋਂ ਪਹਿਲੀ ਮੰਗ ਹੋਸਪਿਟਲ ਲੈ ਕੇ ਆਵੇ। ਠੀਕ ਹੈ, ਕਿਹੜੀ ਇੱਕ ਦੋ ਵੱਡੀਆਂ ਪਾਰਟੀਆਂ ਲੱਗ ਰਹੀਆਂ ਜੋ ਕੰਪੀਟੀਸ਼ਨ ਸਮਝ ਆ ਰਹੀਆਂ ਨੇ ਇਸ ਟਾਈਮ? ਭਾਈ, ਕੰਪੀਟੀਸ਼ਨ ਤਾਂ ਚਲੋ ਸਾਰਿਆਂ ਦੇ ਵਿੱਚ ਹੀ ਹੈ, ਵੈਸੇ ਤਾਂ ਰਾਜਾ ਵੜਿੰਗ ਜੀ ਵੀ ਬਹੁਤ ਫਾਈਟ ਦੇ ਵਿੱਚ ਨੇ, ਪੱਪੀ ਪ੍ਰੈਸ਼ਰ ਜੀ ਵੀ ਫਾਈਟ ਦੇ ਵਿੱਚ ਨੇ, ਰਣਜੀਤ ਰਾਜਾ ਵੜਿੰਗ ਦਾ ਕੀ ਪਲੱਸ ਪੁਆਇੰਟ ਲੱਗਦਾ ਵੀ ਉਹ ਗਿੱਦੜਬਾਹਾ ਤੋਂ ਐਮ ਐਲ ਏ ਨੇ ਮੌਜੂਦਾ ਤਾਂ ਵੀ ਅਗੇਂਸਟ ਵੇਵ ਵੀ ਵਿਧਾਇਕ ਜਿੱਤੇ ਨੇ ਜਾਂ ਪੰਜਾਬ ਆਪਣੇ ਲਈ ਕਾਂਗਰਸ ਉਹਦੇ ਪ੍ਰਧਾਨ ਨੇ ਤਾਂ ਕੀ ਪਲੱਸ ਪੁਆਇੰਟ ਲੱਗਦਾ? ਭਾਅ ਜੀ, ਕਾਂਗਰਸ ਪ੍ਰਧਾਨ ਤਾਂ ਹੈਗੇ ਹੀ ਹੈਗੇ, ਪਲੱਸ ਉਹਨਾਂ ਨੂੰ ਸਿਮਰਨਜੀਤ ਸਿੰਘ ਬੈਂਸ ਜੀ ਦਾ ਸਮਰਥਨ ਮਿਲਣਾ ਬਹੁਤ ਪਲੱਸ ਪੁਆਇੰਟ ਮਿਲਿਆ ਉਹਨਾਂ ਨੂੰ। ਬੈਂਸ ਭਰਾਵਾਂ ਨੇ ਪਰਸੋਂ ਸਾਥ ਦਿੱਤਾ ਉਹਨਾਂ ਦਾ, ਉਹਨੇ ਹੱਕ 'ਚ ਨਾਅਰਾ ਦਿੱਤਾ ਵੀ ਸਾਡਾ ਨਾਲ ਆ, ਲੱਗਦਾ ਤਾਂ ਉਹਨੂੰ ਫਾਇਦਾ ਹੋਊਗਾ, ਪਲੱਸ ਪੁਆਇੰਟ ਮਿਲੂਗਾ ਉਹਨਾਂ? ਉਹ ਤਾਂ ਬਿਲਕੁਲ ਮਿਲੇਗਾ ਜੀ, 2,70,000 ਵੋਟ ਲਾਸਟ ਟਾਈਮ ਉਹ ਆਜ਼ਾਦ ਖੜ ਕੇ ਲੈ ਗਏ ਸੀਗੇ। ਚਲੋ ਆਪਾਂ ਕਹਿੰਦੇ ਹਾਂ 1,00,000 ਵੋਟ ਟੁੱਟਦੀ ਵੀ ਆ ਉਹਨਾਂ ਦੀ, 2,50,000 ਵੋਟ ਤਾਂ ਨਾਲ ਆਪਣੇ ਪਲੱਸ ਕਰਨਗੇ ਕਾਂਗਰਸ ਨੂੰ ਉਹ। ਬਾਕੀ ਦੇਖੋ, ਬਾਕੀ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਕੀ ਰਿਜ਼ਲਟ ਆਉਂਦੇ ਕੀ ਨਹੀਂ ਆਉਂਦੇ। ਠੀਕ ਹੈ ਜੀ, ਠੀਕ ਹੈ। ਹਾਥ ਪੰਜਾ ਹੈ, ਹਾਥ ਪੰਜੇ ਕਾ ਝਾੜੂ ਔਰ ਹਾਥ ਪੰਜਾ, ਕਿਆ ਖਾਸੀਅਤ ਹੈ ਦਿਮਾਗ ਮੇ ਝਾੜੂ ਔਰ ਹਾਥ ਪੰਜਾ ਕਿਉਂ ਆਇਆ, ਕਾਂਗਰਸ ਕਿਉਂ ਆਈ? ਕਾਂਗਰਸ ਸ਼ੁਰੂ ਸੇ ਰਾਜ ਕਰਤੇ ਆ ਰਹੀ ਹੈ ਆਪਣੇ ਜੋ
ਜਿਸ ਹਿਸਾਬ ਸੇ ਚੱਲ ਰਹੀ ਹੈ ਉਸ ਹਿਸਾਬ ਸੇ ਸਾਰੇ ਕੁਝ ਤੋਂ ਕਾਂਗਰਸ ਹੀ ਬਣਾਈ ਹੈ, ਬੀਜੇਪੀ ਤੋਂ ਬਾਅਦ ਮੇਂ ਆਈ ਹੈ ਤੋ ਸਾਰੇ ਨੀ ਸਿਸਟਮ ਤੋਂ ਕਾਂਗਰਸ ਹੀ ਲਾਈ ਹੈ। ਠੀਕ ਹੈ, ਚਲੀ ਆਪ ਕਾਂਗਰਸ ਕੀ ਤਾਰੀਫ ਕਰ ਰਹੇ ਹੈ, ਕਾਂਗਰਸ ਕੀ ਤਰਫ ਸੇ ਪੰਜਾਬ ਕਾਂਗਰਸ ਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜ ਰਹੇ ਹੈ ਹੱਥ ਪੰਜੇ ਪਰ, ਕਿਆ ਲੱਗਦਾ ਹੈ ਵੀ ਕੁਝ ਅੱਛਾ ਕਰ ਪਾਏਗੇ ਸ਼ਹਿਰ ਕੇ ਲੀਏ? ਆਏਗੇ ਤੋ ਅੱਛਾ ਹੀ ਕਰੇਗੇ, ਜੋ ਪੰਜਾਬ ਪ੍ਰਧਾਨ ਜੋ ਸਰਕਾਰ ਆਏਗਾ ਤੋ ਅੱਛਾ ਹੀ ਕਰੇਗਾ, ਤਵੀ ਫਿਰ ਅਗੇ ਵਾਰ ਖੜਾ ਹੋ ਪਾਏਗਾ ਨਹੀਂ ਤਾਂ ਨਹੀਂ ਖੜਾ ਹੋਗਾ। ਸੋ ਸਖਤ ਮੌਜੂਦ ਹਾਂ ਲੁਧਿਆਣਾ ਉੱਤਰੀ ਨੌਰਥ ਦੇ ਹੀ ਗਾਂਧੀ ਨਗਰ ਮਾਰਕੀਟ ਹੈ, ਕਾਫੀ ਜ਼ਿਆਦਾ ਇੱਕ ਕਹਿ ਸਕਦੇ ਹਾਂ ਵਪਾਰ ਨੂੰ ਲੈ ਕੇ ਇੱਕ ਵੱਡੀਆਂ ਗਲੀਆਂ ਨੇ ਇੱਥੇ, ਅਤੇ ਬਾਈ ਜੀ ਮੌਜੂਦ ਨੇ। ਬਾਈ ਜੀ ਕਿਵੇਂ ਲੱਗਦਾ ਹਲਕੇ ਦਾ ਹਾਲ ਕੀ ਹੈ, ਲੁਧਿਆਣਾ ਲੋਕ ਸਭਾ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ, ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਤੁਹਾਡੇ ਹਿਸਾਬ ਨਾਲ ਲੁਧਿਆਣੇ ਦੀ ਆਵਾਜ਼ ਲੋਕ ਸਭਾ 'ਚ ਬਣ ਸਕਦੇ ਆ? ਸਰ ਪਹਿਲਾਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਵੇਂ ਜੋ ਸਰਕਮਟੈਂਸਿਸ ਜੋ ਹਊਆ ਬਣਾਇਆ ਜਾ ਰਿਹਾ ਕਿਸੇ ਵੀ ਚੀਜ਼ ਨੂੰ ਮੁੱਦਿਆਂ ਨੂੰ ਲੈ ਕੇ ਚੱਲ ਰਿਹਾ, ਉਹ ਮੁੱਦੇ ਬਿਲਕੁਲ ਹੀ ਦਿਸ਼ਾਹੀਨ ਨੇ। ਮੈਂ ਕਿਸੇ ਨੂੰ ਵੀ ਮੁੱਦਾ ਨਹੀਂ ਗਿਣ ਕੇ ਚੱਲਦਾ, ਕੋਈ ਕਿਸ ਪਾਰਟੀ ਤੋਂ ਕਿਸ ਪਾਰਟੀ 'ਚ ਉੱਠ ਕੇ ਜਾ ਰਿਹਾ, ਕੋਈ ਕਿਸ ਪਾਰਟੀ ਨੂੰ ਕਿਸ ਪਾਰਟੀ ਨੂੰ ਉੱਠ ਕੇ ਜਾ ਰਿਹਾ, ਬੇਸਿਕਲੀ ਹਾਂ ਬਿਲਕੁਲ ਕੋਈ ਡਾਇਰੈਕਸ਼ਨ ਨਹੀਂ ਕਿਸੇ ਵੀ ਪਾਰਟੀ ਵੱਲੋਂ। ਕੋਈ ਇਹ ਨਹੀਂ ਕਹਿ ਸਕਦਾ ਮੇਰਾ ਆਹ ਮੁੱਦਾ ਤਾਂ ਮੈਂ ਇਸ ਚੀਜ਼ ਨੂੰ ਲੈ ਕੇ ਆ ਰਿਹਾ, ਕੱਲ੍ਹ ਨੂੰ ਤੁਸੀਂ ਕਾਂਗਰਸ ਸੀ, ਅੱਜ ਤੁਸੀਂ ਬੀਜੇਪੀ 'ਚੋਂ, ਕੱਲ੍ਹ ਬੀਜੇਪੀ ਸੀ, ਅੱਜ ਤੁਸੀਂ ਆਪ 'ਚ ਆ ਗਏ, ਕੱਲ੍ਹ ਨੂੰ ਅਕਾਲੀ ਸੀ। ਕੋਈ ਦੀਨ ਇਮਾਨ ਕਿਸੇ ਦਾ ਵੀ ਮੈਂ ਦੇਖ ਕੇ ਨਹੀਂ ਚੱਲ ਰਿਹਾ ਕਿ ਮੈਂ ਕਹਾਂ ਕਿ ਇਹ ਮੈਂ ਵੋਟ ਹਾਂ ਅਤੇ ਮੈਂ ਇਹ ਸੋਚ ਕੇ ਚੱਲਾਂ ਇਹ ਪੱਕਾ ਬੰਦਾ ਹੋਊਗਾ, ਇਹਨੂੰ ਵੋਟ ਪਾਓ, ਕੱਲ੍ਹ ਨੂੰ ਸਾਡੀ ਵੋਟ ਬੇਕਾਰ ਜਾਵੇ, ਬੈਟਰ ਹੈ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ। ਸੋਚ ਸਮਝ ਰਹੇ ਹਾਂ ਕਿ ਹਾਲੇ ਕਿਸ ਨੂੰ ਵੋਟ ਪਾਈਏ, ਕਿਹੜਾ ਆਪਣੀ ਪਾਰਟੀ ਦਾ ਪੱਕਾ ਰਹਿ ਸਕਦਾ। ਲੁਧਿਆਣਾ ਉੱਤਰੀ ਦੇ ਕੰਮਕਾਰ ਵਾਲੇ ਹੋ, ਰਹਿਣ ਵਾਲੇ ਹੋ, ਕੀ ਲੱਗਦਾ ਹਲਕੇ ਦਾ ਕੀ ਹਾਲ ਹੈ ਅਤੇ ਲੁਧਿਆਣਾ ਲੋਕ ਸਭਾ ਕਿਹੜੀਆਂ ਦੋ ਵੱਡੀਆਂ ਪਾਰਟੀਆਂ ਦੇ ਕਿਹੜੇ ਦੋ ਕੈਂਡੀਡੇਟ ਸਮਝ ਆਉਂਦੇ ਆਪਸ 'ਚ ਕੰਪੀਟੀਸ਼ਨ ਦੇ ਵਿੱਚ? ਦੇਖੋ ਜੀ, ਹਜੇ ਤੱਕ ਸਾਨੂੰ ਬਿੱਟੂ ਜੀ ਅਤੇ ਵੜਿੰਗ ਜੀ ਆਉਂਦੇ ਪਏ ਨਜ਼ਰ 'ਚ। ਠੀਕ ਹੈ ਜੀ, ਅਤੇ ਸਾਨੂੰ ਉਮੀਦ ਹੈ ਨੌਰਥ ਦੇ ਵਿੱਚੋਂ ਲਾਓ ਜਾਂ ਲੁਧਿਆਣੇ ਦੇ ਵਿੱਚੋਂ ਕਿ ਬਿੱਟੂ ਜੀ ਸੀਟ ਕੱਢ ਜਾਣਗੇ। ਠੀਕ ਹੈ ਜੀ, ਅਤੇ ਬਿੱਟੂ ਜੀ ਅਤੇ ਵੜਿੰਗ ਦੋਨਾਂ ਦੀ ਕੀ ਕੀ ਖਾਸੀਅਤ ਹੈ, ਪਲੱਸ ਮਾਈਨਸ ਕੀ ਪੁਆਇੰਟ ਲੱਗਦੇ ਦੋਨਾਂ ਦੇ ਪਾਰਟੀ ਹਿਸਾਬ ਨਾਲ? ਦੇਖੋ ਜੀ, ਬਿੱਟੂ ਜੀ ਦੇ ਮਗਰ ਜਿਹੜੀ ਪਾਰਟੀ ਖੜੀ ਹੈ ਉਹ ਬੜੀ ਸਟਰੋਂਗ ਪਾਰਟੀ ਹੈ, ਮੋਦੀ ਸਾਹਿਬ ਇਹ ਜੋ ਗੱਲ ਕਹਿ ਦੇਣ ਉਹ ਗੱਲ ਪੂਰੀ ਕਰ ਦਿੰਦੇ ਆ, ਔਰ ਵਪਾਰੀਆਂ ਵਾਸਤੇ ਵੀ ਉਹ ਸੋਚ ਰਹੇ ਨੇ। ਜਦ ਉਹਨੇ GST ਸਾਨੂੰ ਸਾਡੇ ਤੋਂ ਵਪਾਰੀਆਂ ਦਾ ਲਾਇਆ, ਸਾਡੇ ਬਾਹਰ ਮਾਲ ਭੇਜਦੇ ਬਹੁਤ ਸੌਖੇ ਹੋ ਗਏ, ਨਹੀਂ ਅੱਗੇ ਸਾਨੂੰ ਸੀ ਫਾਰਮ, ਡੀ ਫਾਰਮ, ਸੀ ਫਾਰਮ, ਸੀ ਫਾਰਮ ਲੱਗਦੇ ਸੀ, ਸਾਡੇ ਵਪਾਰ ਨੂੰ ਦਿੱਕਤ ਸੀ। ਠੀਕ ਹੈ ਜੀ, ਹੁਣ ਸਾਨੂੰ ਵਪਾਰ ਸਾਡਾ ਸੌਖਾ। ਦੂਜਾ ਨਾਮ ਤੁਸੀਂ ਲੈ ਰਹੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ, ਪੰਜਾਬ ਪ੍ਰਧਾਨ ਨੇ, ਕਾਂਗਰਸ ਦਾ ਵੱਡਾ ਚਿਹਰਾ ਨੇ, ਕਿਵੇਂ ਲੱਗਦਾ, ਕਿੰਨੇ ਸਟਰੋਂਗ ਲੱਗਦੇ ਹੋ ਵੀ? ਜੀ ਦੇਖੋ ਜੀ, ਕੋਈ ਜੋ ਕਰੋ ਆਇਆ ਉਹ ਫਾਈਟ ਕਰਨ ਆਇਆ ਵਾ, ਉਹ ਵੀ ਕੋਈ ਹਲਕਾ ਨਹੀਂ ਹੈਗਾ, ਨੈਚੁਰਲੀ ਫਾਈਟ ਹੋਊਗੀ ਤਾਂ ਉਮੀਦ ਹੈ ਕਿ ਬਿੱਟੂ ਜੀ ਉੱਪਰੋਂ ਨਿਕਲ ਕੇ ਆਉਣਗੇ। ਠੀਕ ਬਾਈ ਜੀ, ਕੀ ਲੱਗਦਾ ਹੈ ਹਲਕੇ ਦਾ ਕੀ ਹਾਲ ਹੈ ਲੁਧਿਆਣਾ ਲੋਕ ਸਭਾ ਹਲਕਾ, ਕਿਹੜੀਆਂ ਇੱਕ ਦੋ ਪਾਰਟੀਆਂ ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਜਿਨ੍ਹਾਂ ਨੂੰ ਦਿਲ ਕਰਦਾ ਕਿ ਵੋਟ ਪਾ ਕੇ ਆਪਣਾ ਪ੍ਰਤੀਨਿਧੀ ਬਣਾਈਏ? ਲੁਧਿਆਣੇ ਦੇ ਹਲਕੇ ਦਾ ਤਾਂ ਬਹੁਤ ਹੀ ਮਾੜਾ ਹਾਲ ਹੈ, ਕਿਉਂਕਿ 10 ਸਾਲ ਬਿੱਟੂ ਰਿਹਾ ਹੈ ਇੱਥੇ, ਬਿੱਟੂ ਨੇ ਕੁਛ ਵੀ ਨਹੀਂ ਕੀਤਾ ਕਿ ਅੱਗੋਂ ਵੀ ਇਹਨੂੰ ਵੋਟ ਪਾਉਣ ਦਾ ਕੋਈ ਬੈਨੀਫਿਟ ਨਹੀਂ, ਕੋਈ ਅਧਿਕਾਰ ਨਹੀਂ। ਇਸ ਟਾਈਮ ਇੱਕੋ ਕੈਂਡੀਡੇਟ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵਧੀਆ ਬੰਦਾ, ਸਮੁੱਚੀ ਟੀਮ ਪਾਰਟੀ ਆ ਅਕਾਲੀ ਦਲ ਦੀ, ਉਹ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਆ, ਇਸ ਕਰਕੇ ਆਪਾਂ ਉਹਨੂੰ ਹੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਨੂੰ ਜਿਤਾਉਣਾ ਇੱਥੋਂ, ਔਰ ਬਹੁਤ ਹੀ ਵਧੀਆ ਬੰਦਾ ਆ, ਸੁੱਚੀ ਟੀਮ, ਬਾਦਲ ਸਾਹਿਬ ਦਾ ਆਸ਼ੀਰਵਾਦ, ਬਹੁਤ ਵਧੀਆ ਪਾਰਟੀ ਅਕਾਲੀ ਦਲ, ਸਾਡੇ ਇੱਥੇ ਨੇੜੇ ਦਾ ਹੀ ਹੈ, ਸਾਨੂੰ ਕੋਈ ਦੁੱਖ ਤਕਲੀਫ ਹੋਵੇ ਅਕਾਲੀ ਦਲ ਨੂੰ ਜਾ ਕੇ ਆਪਾਂ ਮਿਲ ਵੀ ਲਵਾਂਗੇ, ਇਹਨਾਂ ਨੂੰ ਕਿੱਥੇ ਮਿਲਾਂਗੇ, ਇਹ ਤਾਂ ਸਾਨੂੰ ਨਜ਼ਰ ਹੀ ਨਹੀਂ ਆਉਣਾ, ਨਾ ਰਾਜਾ ਵੜਿੰਗ ਨਜ਼ਰ ਆਉਣਾ, ਨਾ ਸਾਨੂੰ ਬਿੱਟੂ ਆਉਣਾ, ਬਿੱਟੂ ਜੀ ਤਾਂ ਆਪਣੀ ਜਨਾਨੀ ਦਾ ਫੋਨ ਹੀ ਨਹੀਂ ਚੱਕਦੇ, ਲੋਕਾਂ ਦਾ ਇਹਨਾਂ ਨੇ ਕੀ ਚੱਕਣਾ ਆ, ਇਸ ਕਰਕੇ ਕੋਈ ਵਧੀਆ ਨਹੀਂ ਹੈ, ਇਸ ਕਰਕੇ ਲੁਧਿਆਣੇ ਦੀ ਜਨਤਾ ਨੂੰ ਸੋਚਣਾ ਚਾਹੀਦਾ ਆ ਇਸ ਵਾਰੀ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ, ਜੋ ਕਿ ਆਪਣਾ ਕੀਮਤੀ ਵੋਟ ਹੈ, ਉਹਨਾਂ ਨੂੰ ਪਾਓ, ਐਵੇਂ ਇਹਨਾਂ ਦੇ ਚੱਕਰਾਂ 'ਚ ਨਾ ਰਹੋ, ਇਹ ਲਾਰਾ ਲਾ ਕੇ ਤੁਹਾਨੂੰ ਫਿਰ ਚੱਲ ਜਾਣਾ, ਇੰਨੀ ਕੁ ਬੇਨਤੀ ਪ੍ਰਵਾਨ। ਲੁਧਿਆਣਾ ਲੋਕ ਸਭਾ ਸੀਟ ਤੁਹਾਡੇ ਹਲਕੇ ਦਾ ਕੀ ਹਾਲ ਹੈ, ਕੀ ਸਮਝ ਆਉਂਦਾ, ਕਿਹੜੀਆਂ ਪਾਰਟੀਆਂ ਕਿਹੜੇ ਉਮੀਦਵਾਰ ਕੰਪੀਟੀਸ਼ਨ 'ਚ ਨਜ਼ਰ ਆਉਂਦੇ ਨੇ, ਤੁਹਾਡੇ ਲੁਧਿਆਣਾ ਲੋਕ ਸਭਾ ਦੀ ਆਵਾਜ਼ ਬਣ ਸਕਦੇ ਆ? ਦੇਖੋ ਜੀ, ਅੱਜ ਕੱਲ੍ਹ ਮਾਹੌਲ ਤਾਂ ਸਾਰੇ ਬਰਾਬਰ ਹੀ ਚੱਲ ਰਹੇ ਨੇ, ਠੀਕ ਹੈ,
ਇਹਦਾ ਰਿਜ਼ਲਟ ਤਾਂ ਡਿਵੈਲਪਮੈਂਟ 'ਤੇ ਪਤਾ ਚੱਲੂਗਾ ਕਿਹੜਾ ਡਿਵੈਲਪਮੈਂਟ ਕਰਾਉਂਦਾ ਜਾਂ ਕੀ ਹੁੰਦਾ। ਇਹ ਸਾਰਿਆਂ ਦਾ ਬਰਾਬਰ ਹੀ ਜ਼ੋਰ ਹੈ ਇਸ ਵਾਰ, ਹੁਣ ਆਪ ਦਾ ਵੀ ਜ਼ੋਰ ਹੈ, ਕਹੀਏ BJP ਦਾ ਵੀ ਜ਼ੋਰ ਹੈ, ਕਾਂਗਰਸ ਵੀ ਪੂਰਾ ਆਪਣਾ ਜ਼ੋਰ ਲਗਾ ਰਹੀ ਹੈ, ਅਕਾਲੀ ਦਲ ਦਾ ਕੋਈ ਨਾਮੋ ਨਿਸ਼ਾਨ ਨਹੀਂ ਪਤਾ ਚੱਲ ਰਿਹਾ ਜੀ। ਔਰ ਇੱਕ ਬੁਲਾਰਾ ਆਪਣਾ ਹੋਰ ਖੜ੍ਹਾ ਹੋਇਆ ਕਵਲਜੀਤ ਸਿੰਘ ਬਰਾੜ ਸਾਹਿਬ, ਦੇਖੋ ਉਹਨਾਂ ਦੀ ਕੀ ਉਮੀਦ ਲੈ ਕੇ ਆਉਂਦੇ ਨੇ, ਲੋਕ ਉਹਨਾਂ ਨੂੰ ਵੀ ਪਸੰਦ ਕਰ ਰਹੇ ਨੇ, ਉਹ ਵੀ ਲਾਈਨ 'ਚ ਹੈਗੇ ਨੇ, ਲੱਗੇ ਹੋਏ ਨੇ। ਦੇਖੋ ਹੁਣ ਰਿਜ਼ਲਟ ਕੀ ਆਉਂਦਾ, ਰਿਜ਼ਲਟ 'ਤੇ ਹੀ ਪਤਾ ਚੱਲੂਗਾ ਹੁਣ ਕੀ ਹੈ ਰਿਪੋਰਟ। ਬਾਕੀ ਸਭ ਆਪਣਾ ਜ਼ੋਰ ਜ਼ੋਰ ਲਗਾ ਰਹੇ ਨੇ। ਲੱਗਦਾ ਵਪਾਰਕ ਪੱਖੋਂ, ਤੁਸੀਂ ਵਪਾਰ ਨਾਲ ਜੁੜੇ ਹੋਏ ਹੋ, ਇੰਡਸਟਰੀ ਪੱਖੋਂ ਕਿਹੜੇ ਕਿਹੜੀਆਂ ਗੱਲਾਂ, ਕਿਹੜੀ ਕਿਹੜੀ ਮੰਗਾਂ ਪਾਰਲੀਮੈਂਟ ਉੱਠਣੀ ਚਾਹੀਦੀਆਂ ਨੇ, ਲੁਧਿਆਣਾ ਲੋਕ ਸਭਾ ਦੇ ਲੋਕਾਂ ਦੀ ਆਵਾਜ਼ ਬਣਨੀ ਚਾਹੀਦੀ ਨੇ, ਕੁਝ ਕੁ ਪੁਆਇੰਟਸ ਹੋਣ ਦਿਮਾਗ 'ਚ? ਦੇਖੋ ਜੀ, ਡਿਵੈਲਪਮੈਂਟ ਦੀ ਗੱਲ ਤਾਂ ਆਈਏ, ਡਿਵੈਲਪਮੈਂਟ ਤਾਂ ਕਾਂਗਰਸ ਦੇ ਟਾਈਮ ਵੀ ਬਹੁਤ ਹੋਈ ਹੈ, ਤੁਸੀਂ ਆਪ ਹੀ ਦੇਖ ਲਓ, ਲੁਧਿਆਣਾ ਸ਼ਹਿਰ ਇੱਕ ਉਹਨਾਂ ਨੇ ਲੁਧਿਆਣਾ ਸ਼ਹਿਰ ਹੀ ਅਲੱਗ ਬਣਾ ਤਾ ਆਸ਼ੂ ਜੀ ਨੇ, ਆਸ਼ੂ ਜੀ ਨੇ ਕਹੀਏ ਜਾਂ ਬਿੱਟੂ ਸਾਹਿਬ ਨੇ ਕਹੀਏ, ਹੁਣ ਬਿੱਟੂ ਸਾਹਿਬ ਨੇ ਪਾਰਟੀ ਬਦਲ ਲਈ ਹੈ। ਤੁਸੀਂ ਗੱਲ ਕਰ ਰਹੇ ਹੋ ਕਾਂਗਰਸ ਦੇ ਇੱਕ ਨਿਧੜਕ ਨੇਤਾ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, MLA ਵੀ ਨੇ, ਉਲਟੀ ਹਵਾ 'ਚ MLA ਬਣੇ ਆ, ਉਸ ਤੋਂ ਬਾਅਦ ਨਾਲ ਦੇ ਨਾਲ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਵੀ ਹੈ, ਕਿਵੇਂ ਲੱਗਦੀ ਉਹਦੀ ਪਰਸਨੈਲਿਟੀ, ਕੀ ਲੱਗਦਾ, ਕਿੰਨੇ ਦਮ ਲੱਗਦਾ? ਪਰਸਨੈਲਿਟੀ ਆ ਜੀ, ਉਹ ਤਾਂ ਗਿੱਦੜ ਬਾਹਰ ਤੋਂ ਆਏ ਨੇ, ਹੁਣ ਇੱਥੇ ਆ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਆਪਣੇ ਵਿਚਾਰ ਪੈਦਾ ਕਰ ਰਹੇ ਨੇ, ਲੋਕ ਪਸੰਦ ਵੀ ਕਰ ਰਹੇ ਨੇ, ਬਾਕੀ ਵੋਟ ਤਾਂ ਉਹਨਾਂ ਨੂੰ ਕਾਂਗਰਸ ਦੇ ਬਿਹਾਵ 'ਤੇ ਪਾਉਣੀ ਹੈ, ਉਮੀਦ ਉਹਨਾਂ ਦੀ ਵੀ ਹੈ, ਬਾਕੀ ਰਿਜ਼ਲਟ 'ਤੇ ਪਤਾ ਚੱਲੂਗਾ ਜੀ ਲੋਕ ਕੀ ਚੱਲਦੇ ਨੇ। ਸੋ ਕਿਤੇ ਨਾ ਕਿਤੇ ਅਮਰਿੰਦਰ ਰਾਜਾ ਵੜਿੰਗ ਤੋਂ ਇੱਕ ਖਾਸ ਉਮੀਦ ਰੱਖੀ ਜਾ ਰਹੀ ਹੈ। ਅੰਕਲ ਜੀ, ਕੀ ਲੱਗਦਾ ਲੁਧਿਆਣਾ ਲੋਕ ਸਭਾ ਚੋਣਾਂ ਕਿਹੜੀ ਇੱਕ ਦੋ ਪਾਰਟੀਆਂ ਜਿੱਤ ਦੇ ਨੇੜੇ ਜਾਂ ਉਹਨਾਂ ਦੇ ਉਮੀਦਵਾਰ ਕੈਂਡੀਡੇਟ ਤੁਹਾਨੂੰ ਸਮਝ ਆਉਂਦੇ ਨੇ, ਕੁਛ ਸਾਂਝਾ ਕਰੋ? ਕੁਛ ਨਹੀਂ ਕਹਿ ਸਕਦੇ ਇਹ ਸੀਟਾਂ 'ਚ, ਲੁਧਿਆਣੇ ਸੀਟ ਕੁਛ ਨਹੀਂ ਕਹਿ ਸਕਦੇ। ਅਤੇ ਬਿੱਟੂ ਜੀ ਅਤੇ ਵੜਿੰਗ ਦੋਨਾਂ ਦੀ ਕੀ ਕੀ ਖਾਸੀਅਤ ਹੈ, ਪਲੱਸ ਮਾਈਨਸ ਕੀ ਪੁਆਇੰਟ ਲੱਗਦੇ ਦੋਨਾਂ ਦੇ ਪਾਰਟੀ ਹਿਸਾਬ ਨਾਲ? ਦੇਖੋ ਜੀ, ਬਿੱਟੂ ਜੀ ਦੇ ਮਗਰ ਜਿਹੜੀ ਪਾਰਟੀ ਖੜ੍ਹੀ ਹੈ ਉਹ ਬੜੀ ਸਟਰੋਂਗ ਪਾਰਟੀ ਹੈ, ਮੋਦੀ ਸਾਹਿਬ ਇਹ ਜੋ ਗੱਲ ਕਹਿ ਦੋ ਗੱਲ ਪੂਰੀ ਕਰ ਦਿੰਦੇ, ਔਰ ਵਪਾਰੀਆਂ ਵਾਸਤੇ ਵੀ ਉਹ ਸੋਚ ਰਹੇ ਨੇ। ਜਦ ਉਹਨੇ GST ਸਾਨੂੰ ਸਾਡੇ ਤੋਂ ਵਪਾਰੀਆਂ ਦਾ ਲਾਇਆ, ਸਾਡੇ ਬਾਹਰ ਮਾਲ ਭੇਜਦੇ ਬਹੁਤ ਸੌਖੇ ਹੋ ਗਏ, ਨਹੀਂ ਅੱਗੇ ਸਾਨੂੰ C ਫਾਰਮ, D ਫਾਰਮ, C ਫਾਰਮ, C ਫਾਰਮ ਲੱਗਦੇ ਸੀ, ਸਾਡੇ ਵਪਾਰ ਨੂੰ ਦਿੱਕਤ ਸੀ। ਠੀਕ ਹੈ ਜੀ, ਹੁਣ ਸਾਨੂੰ ਵਪਾਰ ਸਾਡਾ ਸੌਖਾ। ਦੂਜਾ ਨਾਮ ਤੁਸੀਂ ਲੈ ਰਹੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ, ਪੰਜਾਬ ਪ੍ਰਧਾਨ ਨੇ, ਕਾਂਗਰਸ ਦਾ ਵੱਡਾ ਚਿਹਰਾ ਨੇ, ਕਿਵੇਂ ਲੱਗਦਾ, ਕਿੰਨੇ ਸਟਰੋਂਗ ਲੱਗਦੇ ਹੋ ਵੀ ਨਾਮ ਜੀ? ਦੇਖੋ ਜੀ, ਕੋਈ ਜੋ ਕਰੋ ਆਇਆ ਉਹ ਫਾਈਟ ਕਰਨ ਆਇਆ ਵਾ, ਉਹ ਵੀ ਕੋਈ ਹਲਕਾ ਨਹੀਂ ਹੈਗਾ, ਨੈਚੁਰਲੀ ਫਾਈਟ ਹੋਊਗੀ ਤਾਂ ਉਮੀਦ ਹੈ ਕਿ ਬਿੱਟੂ ਜੀ ਉੱਪਰ ਨਿਕਲ ਕੇ ਆਉਣਗੇ। ਠੀਕ ਬਾਈ ਜੀ, ਕੀ ਲੱਗਦਾ ਹਲਕੇ ਦਾ ਕੀ ਹਾਲ ਹੈ, ਲੁਧਿਆਣਾ ਲੋਕ ਸਭਾ ਹਲਕਾ ਕਿਹੜੀਆਂ ਇੱਕ ਦੋ ਪਾਰਟੀਆਂ, ਕਿਹੜੇ ਉਮੀਦਵਾਰ ਸਮਝ ਆਉਂਦੇ ਨੇ ਜਿਨ੍ਹਾਂ ਨੂੰ ਦਿਲ ਕਰਦਾ ਕਿ ਵੋਟ ਪਾ ਕੇ ਆਪਣਾ ਪ੍ਰਤੀਨਿਧੀ ਬਣਾਈ? ਲੁਧਿਆਣੇ ਦੇ ਹਲਕੇ ਦਾ ਤਾਂ ਬਹੁਤ ਹੀ ਮਾੜਾ ਹਾਲ ਹੈ, ਕਿਉਂਕਿ 10 ਸਾਲ ਬਿੱਟੂ ਰਿਹਾ ਹੈ ਇੱਥੇ, ਬਿੱਟੂ ਨੇ ਕੁਛ ਵੀ ਨਹੀਂ ਕੀਤਾ ਕਿ ਅੱਗੋਂ ਵੀ ਇਹਨੂੰ ਵੋਟ ਪਾਉਣ ਦਾ ਕੋਈ ਬੈਨੀਫਿਟ ਨਹੀਂ, ਕੋਈ ਅਧਿਕਾਰ ਨਹੀਂ। ਇਸ ਟਾਈਮ ਇੱਕੋ ਕੈਂਡੀਡੇਟ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵਧੀਆ ਬੰਦਾ, ਸਮੁੱਚੀ ਟੀਮ ਪਾਰਟੀ ਅਕਾਲੀ ਦਲ ਦੀ, ਉਹ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਆ, ਇਸ ਕਰਕੇ ਆਪਾਂ ਉਹਨੂੰ ਹੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਨੂੰ ਜਿਤਾਉਣਾ ਇੱਥੋਂ, ਔਰ ਬਹੁਤ ਹੀ ਵਧੀਆ ਬੰਦਾ ਆ, ਸੁੱਚੀ ਟੀਮ ਬਾਦਲ ਸਾਹਿਬ ਦਾ ਆਸ਼ੀਰਵਾਦ, ਬਹੁਤ ਵਧੀਆ ਪਾਰਟੀ ਅਕਾਲੀ ਦਲ ਸਾਡੇ ਇੱਥੇ ਨੇੜੇ ਦਾ ਹੀ ਹੈ, ਸਾਨੂੰ ਕੋਈ ਦੁੱਖ ਤਕਲੀਫ ਹੋਵੇ ਅਕਾਲੀ ਦਲ ਨੂੰ ਜਾ ਕੇ ਆਪਾਂ ਮਿਲ ਵੀ ਲਵਾਂਗੇ, ਇਹਨਾਂ ਨੂੰ ਕਿੱਥੇ ਮਿਲਾਂਗੇ, ਇਹ ਤਾਂ ਸਾਨੂੰ ਨਜ਼ਰ ਹੀ ਨਹੀਂ ਆਉਣਾ, ਨਾ ਰਾਜਾ ਵੜਿੰਗ ਨਜ਼ਰ ਆਉਣਾ, ਨਾ ਸਾਨੂੰ ਬਿੱਟੂ ਆਉਣਾ, ਬਿੱਟੂ ਜੀ ਦਾ ਆਪਣੀ ਜਨਾਨੀ ਦਾ ਫੋਨ ਹੀ ਨਹੀਂ ਚੱਕਦੇ ਲੋਕਾਂ ਦਾ, ਇਹਨਾਂ ਨੇ ਕੀ ਚੱਕਣਾ ਆ, ਇਸ ਕਰਕੇ ਕੋਈ ਵਧੀਆ ਨਹੀਂ ਹੈ। ਇਸ ਕਰਕੇ ਲੁਧਿਆਣੇ ਦੀ ਜਨਤਾ ਨੂੰ ਸੋਚਣਾ ਚਾਹੀਦਾ ਆ ਇਸ ਵਾਰੀ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ, ਜੋ ਕਿ ਆਪਣਾ ਕੀਮਤੀ ਵੋਟ ਹੈ, ਉਹਨਾਂ ਨੂੰ ਪਾਓ, ਐਵੇਂ ਇਹਨਾਂ ਦੇ ਚੱਕਰਾਂ 'ਚ ਨਾ ਰਹੋ।